ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਇਸ ਤੋਂ ਪਹਿਲਾਂ ਆਪਾਂ ਇੱਕ ਹੋਰ ਇੰਪੋਰਟੈਂਟ ਕੁਐਸਚਨਾਂ ਦੀ ਕਲਾਸ ਕੰਪਲੀਟ ਕਰ ਚੁੱਕੇ ਹਾਂ ਵਾਰਡ ਅਟੈਂਡੈਂਟ ਵਾਸਤੇ ਕਾਫੀ ਇੰਪੋਰਟੈਂਟ ਕਲਾਸ ਪਹਿਲਾਂ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਈ ਸੀ ਜੇ ਤੁਸੀਂ ਉਹ ਨਹੀਂ ਦੇਖੀ ਤਾਂ ਇਸ ਵੀਡੀਓ ਦੀ ਐਂਡ ਸਕ੍ਰੀਨ ਦੇ ਤੁਹਾਨੂੰ ਉਸ ਵੀਡੀਓ ਦਾ ਲਿੰਕ ਮਿਲ ਜਾਵੇਗਾ ਇੱਕ ਵਾਰੀ ਉਸ ਕਲਾਸ ਨੂੰ ਵੀ ਜ਼ਰੂਰ ਵਿਜ਼ਿਟ ਕਰ ਲਿਓ ਐਂਡ ਚਲੋ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਕੁਝ ਹੋਰ ਇੰਪੋਰਟੈਂਟ ਕੁਐਸਚਨਾਂ ਨੂੰ ਕਵਰ ਕਰ ਲੀਂਦੇ ਹਾਂ ਜੋ ਐਗਜ਼ਾਮ ਵਿੱਚ ਤੁਹਾਨੂੰ ਡਾਇਰੈਕਟ ਦੇਖਣ ਨੂੰ ਮਿਲਣਗੇ ਕੁਐਸਚਨ ਨੰਬਰ 42 ਦੀ ਸੈਲ ਦੀ ਖੋਜ ਕਿਸ ਨੇ ਕੀਤੀ ਸੀ ਤਾਂ ਰੌਬਰਟ ਹੁੱਕ ਨਾਮਕ ਇੱਕ ਸਾਇੰਟਿਸਟ ਸੀ ਜਿਨੇ ਸੈਲਾਂ ਦੀ ਖੋਜ ਕੀਤੀ ਸੀ ਕੁਐਸਚਨ ਨੰਬਰ 43 ਦੀ ਗੱਲ ਕਰੀਏ ਕਿਹੜੀ ਨਰਮਤਾਤ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ ਤਾਂ ਸੋਡੀਅਮ ਤਾਤ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ ਕੁਐਸਚਨ ਨੰਬਰ 44 ਦੀ ਗੱਲ ਕਰੀਏ ਅਲੇਗਜ਼ੈਂਡਰਾ ਫਲੇਮਿੰਗ ਦੁਆਰਾ 1928 ਇਸ ਵਿੱਚ ਖੋਜਿਆ ਗਿਆ ਐਂਟੀਬਾਇਓਟਿਕ ਕਿਹੜਾ ਸੀ ਤਾਂ ਪੈਨਸਿਲਿਨ ਨਾਮਕ ਇੱਕ ਐਂਟੀਬਾਇਓਟਿਕ ਸੀ ਜੋ 1928 ਇਸ ਵਿੱਚ ਅਲੇਗਜ਼ੈਂਡਰਾ ਫਲੇਮਿੰਗ ਦੁਆਰਾ ਖੋਜਿਆ ਗਿਆ ਸੀ ਕਵੈਸਚਨ ਨੰਬਰ 45 ਦੀ ਗੱਲ ਕਰੀਏ ਅੱਗ ਲਾਉਣ ਲਈ ਜ਼ਰੂਰੀ ਕੀ ਹੈ ਆਕਸੀਜਨ ਦੀ ਜ਼ਰੂਰਤ ਹੈ ਤੇ ਕਵੈਸਚਨ ਨੰਬਰ 46 ਦੀ ਗੱਲ ਕਰੀਏ ਉਹ ਜਾਨਵਰ ਜੋ ਸਿੱਧੇ ਬੱਚੇ ਨੂੰ ਜਨਮ ਦਿੱਤੇ ਬਿਨਾਂ ਅੰਡੇ ਦਿੰਦੇ ਨੇ ਮਤਲਬ ਕਿ ਉਹ ਜਾਨਵਰਾਂ ਦੇ ਨਾਮ ਦੱਸੋ ਜੋ ਅੰਡੇ ਥਰੂ ਬੱਚੇ ਨੂੰ ਜਨਮ ਲੈਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਅੰਡਕਾਰ ਕਿਹਾ ਜਾਂਦਾ ਹੈ ਐਂਡ ਕਵੈਸਚਨ ਨੰਬਰ 47 ਦੀ ਗੱਲ ਕਰੀਏ ਮਨੁੱਖ ਦਾ ਆਮ ਤਾਪਮਾਨ ਕਿੰਨਾ ਹੁੰਦਾ ਮਤਲਬ ਕਿ ਮਨੁੱਖੀ ਸਰੀਰ ਦਾ ਆਮ ਤਾਪਮਾਨ ਕਿੰਨਾ ਹੁੰਦਾ ਤਾਂ 98.6 ਫੈਰਾਹਾਈਟ ਜਿਹੜਾ ਕਿ ਨਾਰਮਲ ਟੈਂਪਰੇਚਰ ਘਰ ਮਰੁੱਖ ਦਾ ਰਹਿੰਦਾ ਹੈ ਤੇ ਕੋਈ ਇਸ ਤੋਂ ਇਲਾਵਾ ਕੁਐਸਚਨ ਨੰਬਰ 48 ਦੀ ਗੱਲ ਕਰੀਏ ਕਿਹੜੇ ਤੱਤ ਮਨੁੱਖੀ ਸਰੀਰ ਵਿੱਚ ਵੱਧ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ ਤਾਂ ਆਕਸੀਜਨ ਤੱਤ ਹੈ ਇੱਕ ਮਨੁੱਖੀ ਸਰੀਰ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਕੁਐਸਚਨ ਨੰਬਰ 49 ਦੀ ਗੱਲ ਕਰੀਏ ਮਨੁੱਖੀ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਕਿਹੜਾ ਹੈ ਤਾਂ ਉਸ ਨੂੰ ਪੰਜਾਬੀ ਵਿੱਚ ਕਹਿੰਦੇ ਨੇ ਤਾਂ ਅੰਤਮ ਦਿਮਾਗ ਕਹਿੰਦੇ ਨੇ ਤੇ ਇੰਗਲਿਸ਼ ਵਿੱਚ ਜਿਸ ਨੂੰ ਸੈਰੀਬਰਮ ਹਿੱਸਾ ਜਾਂ ਪਾਰਟ ਹੈ ਦਿਮਾਗ ਦਾ ਕਿਹਾ ਜਾਂਦਾ ਹੈ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਵਾਰ ਐਗਜ਼ਾਮ ਵਿੱਚ ਰਿਪੀਟ ਵੀ ਹੋ ਚੁੱਕਾ ਹੈ ਤੇ ਇੱਕ ਗੱਲ ਹੋਰ ਜੇ ਕਿਸੇ ਹੋਰ ਟੌਪਿਕ ਰਿਲੇਟਰ ਤੁਸੀਂ ਵੀਡੀਓ ਮੇਰੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਉਸ ਟੌਪਿਕ ਦਾ ਨਾਮ ਦੱਸ ਦਿਓ ਤਾਂ ਮੈਂ ਨੈਕਸਟ ਪਾਰਟ ਤੁਹਾਨੂੰ ਉਸ ਟੌਪਿਕ ਦੇ ਰਿਗਾਰਡਿੰਗ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗਾ ਐਂਡ ਜੇ ਤੁਸੀਂ ਇਹਨਾਂ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਮੇਰੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਫਿਰ ਮੈਂ ਤੁਹਾਨੂੰ ਇਹ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਤੁਹਾਡੇ ਵਟਸਐਪ ਨੰਬਰ ਉੱਪਰ ਸੈਂਡ ਕਰ ਦੇਵਾਂਗਾ ਇਸ ਤੋਂ ਬਾਅਦ ਕੁਐਸਚਨ ਨੰਬਰ 50 ਦੀ ਗੱਲ ਕਰੀਏ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ ਤਾਂ ਜਿਗਰ ਜਿਹਨੂੰ ਆਪਾਂ ਲੀਵਰ ਵੀ ਕਹਿ ਦਿੰਨੇ ਆ ਇਹ ਮਨੁੱਖੀ ਸਰੀਰ ਦੇ ਅੰਦਰੂਲੀ ਜਿਹੜੇ ਪਾਰਟ ਨੇ ਅੰਦਰੂਨੀ ਪਾਰਟ ਨੇ ਉਹਨਾਂ ਵਿੱਚੋਂ ਲੀਵਰ ਹੈ ਜਿਹੜਾ ਸਭ ਤੋਂ ਵੱਡਾ ਪਾਰਟ ਹੈ ਜੇ ਬਾਹਰੀ ਸਰੀਰ ਦਾ ਪੁੱਛਿਆ ਜਾਵੇ ਤਾਂ ਸਕਿਨ ਹੈ ਜਿਹੜਾ ਉਹ ਸਭ ਤੋਂ ਵੱਡਾ ਪਾਰਟ ਮਨੁੱਖੀ ਸਰੀਰ ਦਾ ਹੈ ਕੁਐਸਚਨ ਨੰਬਰ 51 ਦੀ ਗੱਲ ਕਰੀਏ ਟਿਪਿਆ ਨਾਦੀ ਹ ਸੋ ਯਤੇ ਕੁਐਸਚਨ ਗਲਤ ਹੋ ਗਿਆ ਥੋੜਾ ਸਪੈਲਿੰਗ ਮਿਸਟੇਕ ਹੈ ਕੁਐਸਚਨ ਕੀ ਹੈ ਅੰਦਰ ਟਿਵਿਆ ਨਾਦੀ ਹੱਡੀ ਮਨੁੱਖੀ ਸਰੀਰ ਵਿੱਚ ਇੱਥੇ ਪਾਈ ਜਾਂਦੀ ਹੈ ਤਾਂ ਲੱਤਾਂ ਵਿੱਚ ਹੁੰਦੀ ਹੈ ਇਹ ਹੱਡੀ ਤੇ ਕੁਐਸਚਨ ਨੰਬਰ 52 ਦੀ ਗੱਲ ਕਰੀਏ ਆਰ ਬੀ ਸੀ ਦਾ ਵਿਗਿਆਨਿਕ ਨਾਮ ਕੀ ਹੈ ਤਾਂ ਐਰਥਰੋਸਾਈਟ ਇਸ ਨੂੰ ਵਿਗਿਆਨਿਕ ਤੌਰ ਤੇ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਡਬਲਯੂ ਬੀ ਸੀ ਦਾ ਪੂਰਾ ਵਿਗਿਆਨਿਕ ਨਾਮ ਕੀ ਹੈ ਤਾਂ ਲਿਊਕੋਸਾਈਟ ਇਸ ਨੂੰ ਕਿਹਾ ਜਾਂਦਾ ਹੈ ਕੁਐਸਚਨ ਨੰਬਰ 54 ਦੀ ਗੱਲ ਕਰੀਏ ਪਲੇਟਲੈਟਸ ਦਾ ਵਿਗਿਆਨਿਕ ਨਾਮ ਕੀ ਹੈ ਥਰੋਮਬੋਸਾਈਟਸ ਪਲੇਟਲੈਟਸ ਦਾ ਵਿਗਿਆਨਿਕ ਨਾਮ ਹੈ ਕੁਐਸਚਨ ਨੰਬਰ 55 ਦੀ ਗੱਲ ਕਰੀਏ ਮਨੁੱਖੀ ਬਲੱਡ ਪ੍ਰੈਸ਼ਰ ਕਿਸ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਤਾਂ ਆਰਡਨਲ ਗ੍ਰੰਥੀ ਦੁਆਰਾ ਜਿਹੜਾ ਬਲੱਡ ਪ੍ਰੈਸ਼ਰ ਹੁੰਦਾ ਉਸ ਨੂੰ ਕੰਟਰੋਲ ਕੀਤਾ ਜਾਂਦਾ ਹੈ ਕੁਐਸਚਨ ਨੰਬਰ 56 ਦੀ ਗੱਲ ਕਰੀਏ ਕਿਹੜੀ ਗਲੈਂਡ ਬੁਢਾਪੇ ਵਿੱਚ ਅਲੋਪ ਹੋ ਜਾਂਦੀ ਹੈ ਮਤਲਬ ਕਿਹੜੀ ਗ੍ਰੰਥੀ ਬੁਢਾਪੇ ਦੇ ਟਾਈਮ ਵਿੱਚ ਖਤਮ ਹੋ ਜਾਂਦੀ ਹੈ ਸਰੀਰ ਵਿੱਚੋਂ ਤਾਂ ਥਾਈਮਸ ਗਲੈਂਡ ਜਾਂ ਥਾਈਮਸ ਗ੍ਰੰਥੀ ਬੁਢਾਪੇ ਦੇ ਦੌਰਾਨ ਇਹ ਗ੍ਰੰਥੀ ਖਤਮ ਹੋ ਜਾਂਦੀ ਹੈ ਕਵੈਸਚਨ ਨੰਬਰ 57 ਦੀ ਗੱਲ ਕਰੀਏ ਮਨੁੱਖੀ ਸਰੀਰ ਵਿੱਚ ਕਿੰਨੇ ਕਰੋਮੋਸੋਮ ਨੇ ਤਾਂ ਟੋਟਲ 46 ਕਰੋਮੋਸੋਮ ਨੇ ਜੇ ਐਗਜ਼ਾਮ 'ਚ ਤੁਹਾਡੇ ਤੋਂ ਕਵੈਸਚਨ ਪੁੱਛਿਆ ਜਾਵੇ ਕਿ ਕਿੰਨੇ ਜੋੜੇ ਕਰੋਮੋਸੋਮ ਹੁੰਦੇ ਨੇ ਤਾਂ ਜੇ ਜੋੜੇ ਪੁੱਛਿਆ ਜਾਵੇ ਤਾਂ 23 ਜੋੜੇ ਹੁੰਦੇ ਨੇ ਜੇ ਟੋਟਲ ਕਰੋਮੋਸੋਮ ਪੁੱਛਿਆ ਜਾਵੇ ਤਾਂ 46 ਕਰੋਮੋਸੋਮ ਮਨੁੱਖੀ ਸਰੀਰ ਵਿੱਚ ਹੁੰਦੇ ਨੇ ਕਵੈਸਚਨ ਨੰਬਰ 58 ਦੀ ਗੱਲ ਕਰੀਏ ਮਨੁੱਖੀ ਸਰੀਰ ਦੇ ਸਭ ਤੋਂ ਵੱਡੇ ਸੈੱਲ ਦਾ ਨਾਮ ਕੀ ਹੈ ਤਾਂ ਨਰਵਸ ਸੈੱਲ ਇਸ ਨੂੰ ਕਿਹਾ ਜਾਂਦਾ ਹੈ ਕਵੈਸਚਨ ਨੰਬਰ 59 ਦੀ ਗੱਲ ਕਰੀਏ ਮਨੁੱਖੀ ਸਰੀਰ ਦਾ ਸਭ ਤੋਂ ਛੋਟੀ ਗ੍ਰੰਥੀ ਕੀ ਈ ਹੈ ਟਿਊਟਰੀ ਗ੍ਰੰਥੀ ਯਾਨੀ ਪਿਊਸ਼ ਗ੍ਰੰਥੀ ਜਿਸ ਨੂੰ ਕਿਹਾ ਜਾਂਦਾ ਹੈ ਕੁਐਸਚਨ ਨੰਬਰ 60 ਦੀ ਗੱਲ ਕਰੀਏ ਮਨੁੱਖੀ ਸਰੀਰ ਵਿੱਚ ਪਾਣੀ ਕਿੰਨੀ ਮਾਤਰਾ ਵਿੱਚ ਅਵੇਲੇਬਲ ਹੁੰਦਾ ਹੈ ਤਾਂ 80% ਜਿਹੜਾ ਹੁੰਦਾ ਉਹ ਪਾਣੀ ਦੀ ਮਾਤਰਾ ਹੁੰਦੀ ਹੈ ਕੁਐਸਚਨ ਨੰਬਰ 61 ਦੀ ਗੱਲ ਕਰੀਏ ਮਨੁੱਖਾਂ ਵਿੱਚ ਕਿਹੜਾ ਬਲੱਡ ਗਰੁੱਪ ਨੂੰ ਯੂਨੀਵਰਸਲ ਡੋਨਰ ਬਲੱਡ ਗਰੁੱਪ ਕਿਹਾ ਜਾਂਦਾ ਮਤਲਬ ਕਿਹੜਾ ਬਲੱਡ ਗਰੁੱਪ ਹੈ ਜੋ ਸਾਰਿਆਂ ਤੋਂ ਖੂਨ ਲੈ ਵੀ ਸਕਦਾ ਤੇ ਸਾਰਿਆਂ ਨੂੰ ਖੂਨ ਦੇ ਵੀ ਸਕਦਾ ਤਾਂ ਉਹ O ਗਰੁੱਪ ਹੈ ਜਿਹੜਾ ਯੂਨੀਵਰਸਲ ਡੋਨਰ ਬਲੱਡ ਗਰੁੱਪ ਕਿਹਾ ਜਾਂਦਾ ਹੈ ਕੁਐਸਚਨ ਨੰਬਰ 62 ਦੀ ਗੱਲ ਕਰੀਏ ਕਿਹੜੀ ਬਿਮਾਰੀ ਇਨਸੂਲਿਨ ਦੀ ਘਾਟ ਕਾਰਨ ਹੁੰਦੀ ਆ ਦਾ ਸ਼ੂਗਰ ਦੀ ਬਿਮਾਰੀ ਹੁੰਦੀ ਹੈ ਕੁਐਸਚਨ ਨੰਬਰ 63 ਦੀ ਗੱਲ ਕਰੀਏ ਮਨੁੱਖੀ ਸਰੀਰ ਵਿੱਚ ਇਨਸੂਲਿਨ ਕਿੱਥੇ ਪੈਦਾ ਹੁੰਦਾ ਹੈ ਪਾਚਕ ਯਾਨੀ ਪੈਨਕ੍ਰੀਆਸ ਵਿੱਚ ਇਨਸੂਲਿਨ ਕ੍ਰੀਏਟ ਹੁੰਦਾ ਹੈ ਕਵੈਸਚਨ ਨੰਬਰ 64 ਦੀ ਗੱਲ ਕਰੀ ਸੱਟ ਲੱਗਣ ਤੇ ਕਿਹੜਾ ਪ੍ਰੋਟੀਨ ਖੂਨ ਨੂੰ ਜੰਮਣ ਤੋਂ ਰੋਕਦਾ ਹੈ ਤੁਸੀਂ ਕਦੇ ਨੋਟਿਸ ਕੀਤਾ ਹੋਵੇ ਕਿ ਸੱਟ ਲੱਗੀ ਹੋਵੇ ਤੁਹਾਡੇ ਕਿਤੇ ਉਹਦੇ ਉੱਪਰ ਕਾਲੀ ਕਾਲੀ ਪਾਪੜੇ ਜੀ ਜੰਮ ਜਾਂਦੀਆਂ ਉਹ ਕਿਉਂ ਜੰਮਦੀਆਂ ਉਹ ਫਾਈਬਰ ਨੋਜਨ ਦੇ ਕਰ ਅੰਜਮਦੀਆਂ ਉਹ ਆਪਣੇ ਖੂਨ ਵਿੱਚ ਇਨਕਲੂਡ ਹੁੰਦਾ ਹੈ ਜਿਸ ਕਰਕੇ ਆਪਣਾ ਖੂਨ ਜੰਮਣਾ ਸਟਾਰਟ ਹੋ ਜਾਂਦਾ ਜੇ ਫਾਈਬਰੋ ਨੋਜਨ ਆਪਣੇ ਖੂਨ ਵਿੱਚ ਨਹੀਂ ਹੋਵੇਗਾ ਤਾਂ ਸਾਰਾ ਖੂਨ ਉਸ ਰਸਤੇ ਵਿੱਚ ਵਹਿ ਜਾਵੇਗਾ ਤੇ ਮਨੁੱਖਾਂ ਦੀ ਉਤੋਂ ਮੌਤ ਵੀ ਹੋ ਸਕਦੀ ਹੈ ਅਕੋ ਦੋਸਤੋ ਜੇ ਵੀਡੀਓ ਇਹ ਪਸੰਦ ਆ ਰਹੀ ਹੈ ਬੈਨੀਫੀਸ਼ੀਅਲ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਇੱਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਐਂਡ ਹੁਣ ਕੁਐਸਚਨ ਨੰਬਰ 65 ਦੀ ਗੱਲ ਕਰੀਏ ਮਨੁੱਖੀ ਸਰੀਰ ਦੇ ਕਿਹੜੇ ਹਿੱਸੇ ਨੂੰ ਟ੍ਰਾਂਸਪਲੈਂਟ ਨਹੀਂ ਕੀਤਾ ਜਾ ਸਕਦਾ ਮਤਲਬ ਅੱਜਕਲ ਦਿਲ ਵੀ ਬਦਲ ਦਿੱਤਾ ਜਾਂਦਾ ਦਿਲ ਵੀ ਟ੍ਰਾਂਸਪਲੈਂਟ ਹੋ ਜਾਂਦਾ ਨਕਲੀ 라 ਦੇ ਦਿੰਦੇ ਨੇ ਜਿਗਰ ਵੀ ਹੋ ਜਾਂਦਾ ਫੇਫੜ ਵੀ ਹੋ ਜਾਂਦੇ ਨੇ ਸਭ ਕੁਝ ਮਤਲਬ ਕਿ ਨਕਲੀ ਬੋਡੀ ਵਿੱਚ ਫਿੱਟ ਹੋ ਜਾਂਦਾ ਬਟ ਦਿਮਾਗ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜੋ ਟ੍ਰਾਂਸਪਲੈਂਟ ਨਹੀਂ ਕੀਤਾ ਜਾ ਸਕਦਾ ਕੁਐਸਚਨ ਨੰਬਰ 66 ਦੀ ਗੱਲ ਕਰੀਏ ਮਨੁੱਖੀ ਸਰੀਰ ਦਾ ਕਿਹੜਾ ਹਿੱਸਾ ਦੁਬਾਰਾ ਬਣਾਉਣ ਦੀ ਸਭ ਤੋਂ ਘੱਟ ਸਮਰੱਥਾ ਹੈ ਮਤਲਬ ਜੋ ਡੈਮੇਜ ਹੋ ਜਾਂਦਾ ਹੈ ਉਹ ਦੁਬਾਰਾ ਬਣ ਨਹੀਂ ਸਕਦਾ ਮਤਲਬ ਹੀ ਘੱਟ ਸੰਤਤਾ ਘੱਟ ਚਾਂਸ ਨੇ ਵੀ ਦੁਬਾਰਾ ਬਣ ਜਾਂਦਾ ਹੈ ਤਾਂ ਦਿਮਾਗ ਹੀ ਹੈ ਉਹ ਹਿੱਸਾ ਜੇ ਦਿਮਾਗ ਆਪਣਾ ਡੈਮੇਜ ਹੋ ਜਾਂਦਾ ਹੈ ਤਾਂ ਬਹੁਤ ਹੀ ਘੱਟ ਚਾਂਸ ਹੁੰਦੇ ਨੇ ਕਿ ਇਹ ਦੁਬਾਰੇ ਤੋਂ ਵਿਕਸਿਤ ਹੋ ਜਾਵੇਗਾ ਕੁਐਸਚਨ ਨੰਬਰ 67 ਦੀ ਗੱਲ ਕਰੀਏ ਦਿਮਾਗ ਦੇ ਸਿਕਰੇਟ ਤੇ ਮਿਲੀਆ ਪਰਤਾਂ ਵਿੱਚ ਕਿਸ ਤਰ੍ਹਾਂ ਨਾਲ ਭਰੀਆਂ ਹੁੰਦੀਆਂ ਨੇ ਮਤਲਬ ਦਿਮਾਗ ਦੀ ਉੱਪਰਲਾ ਭਾਗ ਹੈ ਉਸ ਵਿੱਚ ਕੁਝ ਪਰਤਾਂ ਹੁੰਦੀਆਂ ਨੇ ਤੇ ਉਹਨਾਂ ਪਰਤਾਂ ਵਿੱਚ ਕਿਹੜਾ ਕਿਸ ਨਾਮ ਦਾ ਤਰਲ ਮੌਜੂਦ ਹੁੰਦਾ ਹੈ ਜੋ ਆਪਾਂ ਨੂੰ ਬਾਹਰੀ ਸਦਮੇ ਬਾਹਰੀ ਸੱਟਾਂ ਤੋਂ ਬਚਾਉਂਦਾ ਹੈ ਸੇਰੇਬਰੋਸਪਾਈਨਲ ਤਰਲ ਨਾਮਕ ਇੱਕ ਇਹ ਤਰਲ ਹੁੰਦਾ ਹੈ ਜੋ ਆਪਾਂ ਨੂੰ ਬਾਹਰੀ ਸੱਟਾਂ ਤੋਂ ਬਚਾਉਂਦਾ ਹੈ ਦਿਮਾਗ ਦੀਆਂ ਕੁਐਸਚਨ ਨੰਬਰ 68 ਦੀ ਗੱਲ ਕਰੀਏ ਹੱਡੀਆਂ ਦੇ ਬਣੇ ਸਟਰਕਚਰ ਵਿੱਚ ਮਨੁੱਖੀ ਦਿਮਾਗ ਸੁਰੱਖਿਅਤ ਰਹਿੰਦਾ ਉਸ ਨੂੰ ਕੀ ਕਹਿੰਦੇ ਨੇ ਉਸ ਨੇ ਉਸਨੂੰ ਕ੍ਰੇਨੀਅਮ ਕਿਹਾ ਜਾਂਦਾ ਹੈ ਕੁਐਸਚਨ ਨੰਬਰ 69 ਦੀ ਗੱਲ ਕਰੀਏ ਆਵਾਜ਼ ਦੀ ਸੰਵੇਦਨਾ ਮਨੁੱਖੀ ਦਿਮਾਗ ਵਿੱਚ ਤਕਰੀਬਨ ਕਿੰਨੇ ਦੇਰ ਤੱਕ ਰਹਿੰਦੀ ਹੈ ਤਾਂ 0.1 ਸੈਕਿੰਡਾਂ ਤੱਕ ਹੀ ਰਹਿੰਦੀ ਆ ਕੁਐਸਚਨ ਨੰਬਰ 70 ਦੀ ਗੱਲ ਕਰੀਏ ਜੋ ਮਨੁੱਖੀ ਸਰੀਰ ਦੀਆਂ ਮਾਸਪੇਸ਼ੀਆਂ ਦੀਆਂ ਗਤੀਵਿਧੀਆਂ ਨੂੰ ਨਿਯੰਤਰਿਤ ਕਰਦਾ ਉਸਨੂੰ ਕੀ ਕਹਿੰਦੇ ਨੇ ਕੋਈ ਮਤਲਬ ਕੌਣ ਕਰਦਾ ਹੈ ਮਨੁੱਖੀ ਸਰੀਰ ਦੀ ਜੋ ਮਾਸਪੇਸ਼ੀਆਂ ਉਹਨਾਂ ਦੀਆਂ ਗਤੀਵਿਧੀਆਂ ਨੂੰ ਨਿਯੰਤਰਣ ਤਾਂ ਮੋਟਰ ਨਿਊਰੋਨ ਹੁੰਦਾ ਹੈ ਤੇ ਇੱਕ ਨਰਵਸ ਸੈੱਲ ਇਹ ਦੋਨੇ ਮਿਲ ਕੇ ਮਨੁੱਖ ਦੀਆਂ ਮਾਸਪੇਸ਼ੀਆਂ ਦੀਆਂ ਗਤੀਵਿਧੀਆਂ ਨੂੰ ਨਿਯੰਤਰਿਤ ਕਰਦੇ ਨੇ ਕਵੈਸਚਨ ਨੰਬਰ 71 ਦੀ ਗੱਲ ਕਰੀਏ ਮਨੁੱਖੀ ਦਿਮਾਗ ਦਾ ਕਿਹੜਾ ਹਿੱਸਾ ਸੁਣਨ ਨਾਲ ਜੁੜਿਆ ਹੋਇਆ ਹੈ ਇਸ ਨੂੰ ਟੈਂਪੋਰਲ ਲੋਬ ਕਹਿ ਦਿੰਦੇ ਨੇ ਜਿਹਨੂੰ ਆਪਾਂ ਕੰਨ ਪੱਟੀ ਵਾਲਾ ਹਿੱਸਾ ਵੀ ਕਹਿੰਦੇ ਆ ਕਵੈਸਚਨ ਨੰਬਰ 72 ਦੀ ਗੱਲ ਕਰੀਏ ਮਨੁੱਖੀ ਦਿਮਾਗ ਦੇ ਧਿਆਨ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਨਿਊਰੋਲੋਜੀ ਕਿਹਾ ਜਾਂਦਾ ਹੈ ਕਵੈਸਚਨ ਨੰਬਰ 73 ਦੀ ਗੱਲ ਕਰੀਏ ਦਿਮਾਗ ਵਿੱਚ ਸੁਰੱਖਿਆ ਲਈ ਜ਼ਿੰਮੇਵਾਰ ਪਰਤਾਂ ਕਿਹੜੀਆਂ ਹਨ ਤਿੰਨ ਪਰਤਾਂ ਹੁੰਦੀਆਂ ਨੇ ਟੋਟਲ ਡਿਊਰਾ ਮੈਟਰ ਆਰਕਨੋਇਡ ਅਤੇ ਪੈਰਾਮੇਟਰ ਇਹ ਤਿੰਨ ਪਰਤਾਂ ਨੇ